ਆ ਮੇਤਰ ਪਿਆਰਿਓ ਇੱਕ ਗਜ਼ਲ ਦੇ ਕੋਈ ਸ਼ੇਰ ਹਾਜ਼ਰ ਨੇ ਤੁਹਾਡੇ ਲਈ ਕਿ ਵਕਤ ਬੜਾ ਕੁਝ ਲਿਖਦਾ ਰਹਿੰਦਾ ਹੈ ਪੜਿਆ ਕਰ ਦੀਵਾਰਾਂ ਉੱਤੇ ਤੁੱਪਾਂ ਛਾਵਾਂ ਦੱਸਦੀਆਂ ਨੇ ਤੁਰਗੇ ਜੀ ਕਿੰਜ ਤਾਰਾਂ ਉੱਤੇ ਹਰੀ ਸਿਆਹੀ ਵਾਲੀਆਂ ਕਲਮਾਂ ਜ਼ਾਬਰ ਹੱਥੀਂ ਖੰਜਰ ਬਣੀਆਂ ਜ਼ੋਰਾਵਰਦੀ ਕਰਨ ਗੁਲਾਮੀ ਜ਼ੁਲਮ ਕਰਨ लाਚਾਰਾਂ ਉੱਤੇ ਖੁਦ ਆਪਣੀ ਪ੍ਰਤੀਤ ਗਵਾਈ ਸ਼ਬਦਾਂ ਨੇ ਪਾਪ ਪੈਰੀ ਝਾਂਜਰ ਕੌਣ ਕਰੇ ਵਿਸ਼ਵਾਸ ਭਲਾ ਹੁਣ ਸ਼ਬਦਾਂ ਜੋ ਖਵਾਰਾਂ ਉੱਤੇ ਬੀਤ ਗਏ ਸਿਰ ਵਰਤਮਾਨ ਹੈ ਇਸੇ ਵਿੱਚ ਹੀ ਭਲਕਦਾ ਚਿਹਰਾ ਭੋਲੇ ਮਨ ਤੋਂ ਸ਼ਬਦ ਵਿਸਾਰ ਕੇ ਮਾਣ ਕਰੇ ਤਲਵਾਰਾਂ ਉੱਤੇ ਧੱਕੇ ਤੋਂ ਟਕਰਾਰ ਤੇ ਅੱਗੇ ਸੀਸ ਤਲੀ ਮਕਤਲ ਦਾ ਪੈਂਡਾ ਕਿੱਥੋਂ ਕਿੱਧਰ ਲੈ ਜਾਂਦਾ ਹੈ ਮਾਣ ਸਿਰਫ ਹਥਿਆਰਾਂ ਉੱਤੇ ਧਰਤੀ ਦਾ ਸਵੈ ਮਾਣ ਅਤੇ ਮਰਿਆਦਾ ਦੋਵੇਂ ਸਮਰਥ ਪਈਏ ਖਿੱਚ ਖਿਚਾ ਕੇ ਲੈ ਆਏ ਹਾਕਮ ਹੋਈਆਂ ਜਿੱਤਾਂ ਹਾਰਾਂ ਉੱਤੇ ਬੈਠਿਆਂ ਕੋਲੋਂ ਕਾਹਦਾ ਖਤਰਾ ਮਿੱਟੀ ਹੈ ਮਿੱਟੀ ਦਾ ਕੀ ਹੈ ਸ਼ਿਸ਼ਤ ਜਦੋਂ ਵੀ ਬੰਦੇ ਜ਼ਾਲਮ ਨਜ਼ਰ ਟਿਕਾਉਂਦੇ ਢਾਰਾਂ ਉੱਤੇ ਵਕਤ ਬੜਾ ਕੁਝ ਲਿਖਦਾ ਰਹਿੰਦਾ ਪੜਿਆ ਕਰ ਦੀਵਾਰਾਂ ਉੱਤੇ ਧੁੱਪਾਂ ਛਾਵਾਂ ਦੱਸਦੀਆਂ ਨੇ ਤੁਰਿਏ ਜੀ ਕਿੰਜ ਤਾਰਾਂ ਉੱਤੇ ਧਰਤੀ ਦਾ ਸਵੈਮਾਨ ਅਤੇ ਮਰਿਆਦਾ ਦੋਵੇਂ ਸਮਰਸ ਪਈਏ ਖਿੱਚ ਖਿਚਾ ਕੇ ਲਿਆ ਹਾਕਮ ਹੋਈਆਂ ਜਿੱਤਾਂ ਹਾਰਾਂ ਉੱਤੇ ਬੈਠਿਆ ਕੋਲੋਂ ਕਾਦਾ ਖਤਰਾ ਮਿੱਟੀ ਹੈ ਮਿੱਟੀ ਦਾ ਕੀ ਹੈ ਸ਼ਿਸ਼ ਜਦੋਂ ਵੀ ਬੰਦੇ ਜ਼ਾਲਮ ਨਜ਼ਰ ਟਿਕਾਉਂਦੇ ਢਾਰਾਂ ਉੱਤੇ ਵਕਤ ਬੜਾ ਕੁਝ ਲਿਖਦਾ ਰਹਿੰਦਾ ਪੜਿਆ ਕਰ ਦੀਵਾਰਾਂ ਉੱਤੇ ਧੰਨਵਾਦ ਤੁਹਾਡਾ ਆਪਣਾ ਗੁਰਪ੍ਰਜਨ ਗੇਲ